ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ। ਕੈਨੇਡਾ ਪੁਲਿਸ ਨੇ 3 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਵਜੋਂ ਹੋਈ ਹੈ। ਲਾਰੈਂਸ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ 3 ਮੁਲਜ਼ਮ। ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਾਰਵਾਈ ਖਤਮ ਨਹੀਂ ਹੋਈ। ਸਤੰਬਰ 2023 ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ। ਸਰੀ 'ਚ ਹਰਦੀਪ ਨਿੱਜਰ 'ਤੇ ਗੋਲੀਆਂ ਚੱਲੀਆਂ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਉਸਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਸੀ। ਤਦ ਤੋਂ ਲੈ ਕੇ ਹੁਣ ਤੱਕ ਕੈਨੇਡੀਅਨ ਗਵਰਨਮੈਂਟ ਕਈ ਵਾਰ ਭਾਰਤ ਸਰਕਾਰ 'ਤੇ ਵੀ ਇਲਜ਼ਾਮ ਲਗਾ ਚੁੱਕੀ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਵੱਲੋਂ ਹਰਦੀਪ ਨਿੱਜਰ ਦਾ ਕਤਲ ਕਰਵਾਇਆ ਗਿਆ, ਪਰ ਭਾਰਤ ਨੇ ਹਮੇਸ਼ਾ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ। ਹਰਦੀਪ ਸਿੰਘ ਨਿੱਜਰ ਖਾਲਿਸਤਾਨੀ ਸਮਰਥਕ ਸੀ, ਗਰਮ ਖਿਆਲੀ ਸੀ ਅਤੇ ਕੈਨੇਡਾ ਦੇ ਵਿੱਚ ਰਹਿੰਦੇ ਸੀ। ਹੁਣ ਉਹਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। 3 ਭਾਰਤੀ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਦੇ ਵਜੋਂ ਹੋਈ ਹੈ ਤੇ 3 ਲਾਰੈਂਸ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। 3 ਹੀ ਵਿਅਕਤੀ ਲਾਰੈਂਸ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਲਾਰੈਂਸ ਬਿਸ਼ਨੋਈ ਇੱਕ ਖ੍ਯਾਤ ਗੈਂਗਸਟਰ ਹੈ, ਜਿਸ ਦੇ ਉੱਪਰ 30 ਦੇ ਕਰੀਬ ਵੱਡੇ ਮੁਕੱਦਮੇ ਦਰਜ ਨੇ, ਜਿਨ੍ਹਾਂ ਦੇ ਵਿੱਚੋਂ ਕਤਲ, ਫਰੌਤੀ, ਡਕੈਤੀ, ਲੁੱਟਾਂ ਖੋਹਾਂ, ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ। ਪ੍ਰੋਫੈਸਰ ਮੁਹੰਮਦ ਖਾਲਦ, ਪੋਲੀਟੀਕਲ ਐਕਸਪਰਟ, ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ। ਖਾਲਦ ਸਾਹਿਬ, ਸਵਾਗਤ ਹੈ ਜੀ। ਜੀ ਪੰਜਾਬ, ਹਰਿਆਣਾ, ਹਿਮਾਚਲ ਤੇ ਜੀ, ਮਿਹਰਬਾਨੀ, ਥੈਂਕ ਯੂ ਜੀ। ਖਾਲਿਦ ਸਾਹਿਬ, 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਪਰ ਕਿਹਾ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਨੇ। ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਇਹਨਾਂ 3 ਨੂੰ ਗ੍ਰਿਫਤਾਰ ਕੀਤਾ। ਤੁਸੀਂ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਦੇਖੋ, ਇਹ ਜਿਹੜੀ ਗ੍ਰਿਫਤਾਰੀ ਹੋਈ ਹੈ, ਇਹਦੇ ਵਿੱਚ ਏਜੰਸੀਜ਼ ਦੀ ਇਨਵੋਲਵਮੈਂਟ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਗੈਂਗਸਟਰ ਵਾਰ ਦਾ ਪਾਰਟ ਨਹੀਂ ਹੋ ਸਕਦਾ। ਗੈਂਗਸਟਰ ਵਾਰ ਦਾ ਪਾਰਟ ਹੁੰਦਾ ਐਕਸਟੋਰਸ਼ਨ ਵਾਸਤੇ, ਹੋਰ ਕਿਲਿੰਗਸ ਵਾਸਤੇ। ਔਰ ਉੱਥੇ 2 ਇਸ਼ੂ ਸਾਹਮਣੇ ਆਏ ਹੈ ਕੈਨੇਡਾ ਦੇ ਵਿੱਚ। ਇੱਕ ਇਸ਼ੂ ਤਾਂ ਇਹ ਹੈਗਾ ਕਿ ਉਹਨਾਂ ਦੀ ਜਿਹੜੀ ਇੰਟਰਨਲ ਇਨਕੁਆਇਰੀ ਹੈ, ਉਹਨੇ ਇਹ ਪੁਆਇੰਟ ਆਊਟ ਕੀਤਾ ਹੈ ਕਿ ਸਾਡੀ ਉਹਨਾਂ ਦੇ ਕੈਨੇਡਾ ਦੇ ਇੰਟਰਨਲ ਪੋਲਿਟਿਕਸ ਦੇ ਵਿੱਚ ਇੰਡੀਆ ਦੀ ਇਨਵੋਲਵਮੈਂਟ ਹੈ ਜਾਂ ਵੱਧਦੀ ਜਾ ਰਹੀ ਹੈ। ਦੂਸਰੇ, ਉਹ ਪਹਿਲਾਂ ਤੋਂ ਹੀ ਕਹਿ ਰਹੇ ਹੈ, ਇੰਡੀਆ ਦਾ ਨਾਂ ਬਾਰ ਬਾਰ ਲੈ ਰਹੇ ਹੈ ਜਸਟਿਸ ਜਸਟਿਨ ਟਰੂਡੋ, ਕਿ ਇੰਡੀਆ ਦੀ ਇਨਵੋਲਵਮੈਂਟ ਹੈਗੀ ਹੈ ਇਹਨਾਂ ਕਿਲਿੰਗ। ਇਹ ਸਿਰਫ ਇੱਥੇ ਨਹੀਂ ਹੈ, ਬਲਕਿ ਰੀਸੈਂਟਲੀ 2-3 ਇਸ਼ੂਜ਼ ਇਸ ਤਰ੍ਹਾਂ ਦੇ ਐਮਰਜ ਹੋਏ ਆ, ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚੋਂ ਵੀ ਕਿਹਾ ਕਿ ਸਪਾਇੰਗ ਕੀਤੀ ਜਾ ਰਹੀ ਸੀਗੀ। ਇਸੇ ਤਰੀਕੇ ਦੇ ਨਾਲ ਪੰਨੂ ਦਾ ਕੇਸ ਹੈਗਾ ਅਮੈਰੀਕਾ ਦੇ ਵਿੱਚ, ਉਹਦੇ ਵਿੱਚ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜਾ ਆਰਟੀਕਲ ਛਪਿਆ, ਉਹਦੇ ਵਿੱਚ ਬਾਕਾਇਦਾ ਨਾਂ ਵੀ ਲਿੱਤਾ ਗਿਆ ਕਿ ਕਿਹੜੇ ਰੋ ਦੇ ਬੰਦੇ ਉਹਦੇ ਪਿੱਛੇ ਸੀਗੇ। ਇਸ ਤਰੀਕੇ ਨਾਲ ਜਿਹੜੀਆਂ ਏਜੰਸੀਜ਼ ਹੈ ਉਹ ਕਿਤੇ ਨਾ ਕਿਤੇ ਤਾਂ ਇਨਵੋਲਵ ਹੈਗੀਆਂ। ਇਕੱਲਾ ਗੈਂਗਸਟਰ ਵਾਰ ਦਾ ਐਕਟ ਨਹੀਂ ਹੈ, ਉਹਦੇ ਵਿੱਚ ਸਿੱਖ ਬੱਚੇ ਹੋਣ ਜਾਂ ਕੋਈ ਵੀ ਬੱਚੇ ਹੋਣ, ਜਿਸ ਵੇਲੇ ਬੱਚੇ ਚਾਹੇ ਉਹ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੈ ਚਾਹੇ ਵਰਕ ਵੀਜ਼ਾ ਤੇ ਜਾ ਰਹੇ ਹੈ। ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਰਹਿੰਦੇ ਸੀ, ਤਾਂ ਗੈਂਗਸਟਰਵਾਦ ਦੀ ਆਪਾਂ ਗੱਲ ਕਰੀਏ ਤਾਂ ਲਾਰੈਂਸ ਬਿਸ਼ਨੋਈ ਦੇ ਨਾਲ, ਜਿੱਥੋਂ ਤੱਕ ਮੈਂ ਪੜ੍ਹਿਆ ਜਾਂ ਲਿਖਿਆ, ਜੇ ਮੈਂ ਇਨਕਰੈਕਟ ਹੋਈ ਤਾਂ ਮੈਨੂੰ ਕਰੈਕਟ ਕਰ ਦਿਓ ਪਲੀਜ਼, ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਇਹਨਾਂ ਦਾ ਕੋਈ ਰੌਲਾ ਨਹੀਂ ਸੀ? ਜੀ ਦੇਖੋ, ਇਦਾਂ ਹੈਗਾ ਕਿ ਇਸ ਨੂੰ ਮੋਟੀਵੇਟਡ ਕਿਹਾ ਜਾ ਸਕਦਾ ਕਿ ਕਿਸੇ ਏਜੰਡੇ ਦੇ ਤਹਿਤ ਹੋ ਸਕਦਾ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਹੋਵੇ? ਜਿਸ ਵੇਲੇ ਬੱਚੇ ਬਾਹਰ ਜਾਂਦੇ ਆ ਕਿਸੇ ਵੀ ਅਨਸਰਟਨ ਸਿਚੁਏਸ਼ਨ ਦੇ ਵਿੱਚ, ਉਹਨਾਂ ਦੀ ਐਕਸਪਲੋਇਟੇਸ਼ਨ ਕੀਤੀ ਜਾ ਸਕਦੀ ਹੈ, ਜਾਂ ਉਹਨਾਂ ਨੂੰ
ਇੱਕ ਡਿਜ਼ਾਈਨ ਦੇ ਮੁਤਾਬਕ ਵੀ ਭੇਜਿਆ ਜਾ ਸਕਦਾ। ਉਹ ਡਿਜ਼ਾਈਨ ਹੈਗਾ ਕਿ ਇੱਕ ਪਰਟੀਕੂਲਰ ਉਹਨੂੰ ਦੇਤਾ ਕਿ ਆਹ ਤੁਸੀਂ ਟਾਸਕ ਕਰਨਾ। ਉਹ ਹੋ ਸਕਦਾ ਏਜੰਸੀ ਨੇ ਭੇਜਿਆ, ਹੋ ਸਕਦਾ ਇੰਡੀਪੈਂਡੈਂਟਲੀ ਗਏ ਹੋਣ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਇਹ ਐਸਟੈਬਲਿਸ਼ ਹੁੰਦਾ ਜਾ ਰਿਹਾ ਕਿ ਇੰਡੀਆ ਦੀ ਜਾਂ ਇੰਡੀਅਨ ਏਜੰਸੀ ਦੀ ਜਾਂ ਕਿਸੇ ਨਾ ਕਿਸੇ ਇੰਡੀਅਨ ਨਾਲ ਰਿਲੇਟਡ ਬੰਦੇ ਦੀ ਕੋਈ ਇਨਵੋਲਵਮੈਂਟ ਹੈ ਉਸ ਕਿਲਿੰਗ ਦੇ ਵਿੱਚ, ਜਿਹਨੂੰ ਉਹ ਕਹਿ ਰਹੇ ਹੈ ਕਿ ਸਾਡੇ ਘਰ ਦੇ ਵਿੱਚ ਸਾਡੇ ਸਿਟੀਜ਼ਨ ਨੂੰ ਮਾਰਨਾ ਜਿਹੜਾ ਹੈਗਾ ਉਹ ਸਾਡੇ ਅੰਦਰ ਇੰਟਰਨਲ ਇੰਟਰਫੇਰੈਂਸ ਹੈ। ਜੀ ਬਿਲਕੁਲ, ਇੰਟਰਨਲ ਇੰਟਰਫੇਰੈਂਸ ਦੀਆਂ ਗੱਲਾਂ ਖਾਲਿਦ ਸਾਹਿਬ ਵਿਦੇਸ਼ ਮੰਤਰਾਲੇ ਦੇ ਵੱਲੋਂ ਠੁਕਰਾਈਆਂ ਗਈਆਂ, ਉਹਨਾਂ ਨੇ ਨਕਾਰ ਦਿੱਤਾ ਸੀ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਪਰ ਕੈਨੇਡਾ ਦੇ ਵੱਲੋਂ ਲਗਾਤਾਰ ਇਹ ਗੱਲ ਕੀਤੀ ਗਈ ਕਿ ਹਾਂ ਇਨਵੋਲਵਮੈਂਟ ਇੰਡੀਆ ਦੀ ਹੈ ਤੇ ਸਾਡੇ ਕੋਲ ਪ੍ਰੂਫਸ ਵੀ ਨੇ। ਉਹਨਾਂ ਦਾ ਕਹਿਣਾ ਸੀ ਕਿ ਅਸੀਂ USA ਤੱਕ ਇਹ ਪ੍ਰੂਫਸ ਨੇ ਜਿਹੜੇ ਦਿੱਤੇ ਹੋਏ ਨੇ। ਹੁਣ ਜੋ ਤਿੰਨ ਵਿਅਕਤੀ ਸਾਹਮਣੇ ਆ ਰਹੇ ਨੇ, ਹਰਦੀਪ ਸਿੰਘ ਨਿੱਜਰ ਵੀ ਖਾਲਿਸਤਾਨ ਨੂੰ ਸਪੋਰਟ ਕਰਦੇ ਸੀ, ਗਰਮ ਖਿਆਲੀ ਸੀ, ਔਰ ਜਿਨ੍ਹਾਂ ਤੇ ਹੁਣ ਇਲਜ਼ਾਮ ਲੱਗ ਰਹੇ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਿੰਨ ਜਣਿਆਂ ਦੀ, ਉਹ ਵੀ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ। ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ, ਕੈਨੇਡਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਮਤਲਬ ਕੋਈ ਨਾ ਕੋਈ ਆਧਾਰ ਤੇ ਸੋਲਿਡ ਰਿਹਾ ਹੋਏਗਾ ਨਾ। ਦੇਖੋ ਜਿਹੜੀ ਕੈਨੇਡੀਅਨ ਪੁਲਿਸ ਹੈਗੀ ਹੈ ਜਾਂ ਅਮੈਰੀਕਨ ਪੁਲਿਸ ਹੈਗੀ ਹੈ, ਉਹ ਨਿਰਆਧਾਰ ਤਾਂ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਜਦ ਤੱਕ ਪਿਨ ਪੁਆਇੰਟਡਲੀ ਐਸਟੈਬਲਿਸ਼ ਨਾ ਹੋਵੇ ਇਨਵੋਲਵਮੈਂਟ। ਇਹ ਇਨਵੋਲਵਮੈਂਟ ਤਾਂ ਉਹਨਾਂ ਨੇ ਐਸਟੈਬਲਿਸ਼ ਕਰ ਲਈ ਹੈ, ਇਸੇ ਕਰਕੇ ਗ੍ਰਿਫਤਾਰ ਕੀਤਾ, ਕਿਉਂਕਿ ਉੱਥੇ ਦੇ ਲਾਜ਼ ਬੜੇ ਕਲੀਅਰ ਹੈ, ਉੱਥੇ ਦੇ ਲਾਜ਼ ਦੇ ਤੁਸੀਂ ਕੋਈ ਉਹਨਾਂ ਨੂੰ ਲਚਕ ਨਹੀਂ ਪੈਦਾ ਕਰ ਸਕਦੇ। ਕਾਨੂੰਨ ਕਾਨੂੰਨ ਹੈ, ਰੂਲ ਆਫ ਲਾਅ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਹੁਣ ਗੱਲ ਇਹ ਹੈਗੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਕਨਫੈਸ਼ਨਸ ਹੋਣਗੀਆਂ, ਜਿਹੜੀਆਂ ਪੁਲਿਸ ਦੇ ਸਾਹਮਣੇ ਰੱਖਣਗੇ ਆਪਣਾ ਵਿਊ ਪੁਆਇੰਟ, ਜੋ ਜਿਸ ਤਰ੍ਹਾਂ ਵੀ ਜੋ ਵੀ ਉਹਨਾਂ ਨੇ ਕੀਤਾ ਕੀਤਾ ਜਾਂ ਨਹੀਂ ਕੀਤਾ। ਇੱਕ ਚੀਜ਼ ਹੋਰ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਮਾਜ਼ਰਤ ਚਾਹੁੰਦੀ ਹਾਂ ਖਾਲਿਦ ਸਾਹਿਬ ਤੁਹਾਨੂੰ ਵਿੱਚ ਦੀ ਟੋਕ ਰਹੀ ਹੈ, 11 ਸਾਲ ਦੇ ਇੱਕ ਮੁੰਡੇ ਦੀ ਵੀ ਸਟਰੋਂਗ ਇਨਵੋਲਵਮੈਂਟ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ, ਜੋ ਅਖਬਾਰਾਂ ਦੇ ਵਿੱਚ ਲਿਖਿਆ ਗਿਆ, ਜੋ ਵਿਦੇਸ਼ੀ ਮੀਡੀਆ ਦੇ ਵਿੱਚ ਵਿਖਾਇਆ ਜਾ ਰਿਹਾ। ਦੇਖੋ ਇਹਦੇ ਬਾਰੇ ਕਲੀਅਰਲੀ ਤਾਂ ਹਜੇ ਸਭ ਕੁਛ ਬਲੈਕ ਐਂਡ ਵਾਈਟ ਦੇ ਵਿੱਚ ਆਉਣਾ ਬਾਕੀ ਹੈ, ਇਹ ਤਾਂ ਇਨੀਸ਼ੀਅਲ ਰਿਪੋਰਟ ਹੈਗੀ ਹੈ, ਜਾਂ ਅਨਫੋਲਡ ਹੋਏਗਾ ਸਾਰਾ ਕੁਛ, ਨਵੀਆਂ ਚੀਜ਼ਾਂ ਪਤਾ ਲੱਗਣਗੀਆਂ, ਫਿਰ ਪਤਾ ਲੱਗੇਗਾ ਕਿ ਕੌਣ ਕੌਣ ਇਨਵੋਲਵ ਹੈ, ਕਿਸ ਕਿਸ ਏਜ ਦਾ ਇਨਵੋਲਵ ਹੈ, ਕਿੱਥੋਂ ਕਿੱਥੋਂ ਗਿਆ ਹੋਇਆ, ਕਿਵੇਂ ਗਿਆ, ਕਦੋਂ ਗਿਆ, ਇਹ ਸਾਰੀਆਂ ਚੀਜ਼ਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਗੀਆਂ। ਜਿਸ ਵੇਲੇ ਕੈਨੇਡੀਅਨ ਪੁਲਿਸ ਇਨਵੈਸਟੀਗੇਸ਼ਨ ਦੇ ਬਾਅਦ, ਪੁੱਛਗਿੱਛ ਦੇ ਬਾਅਦ ਉਹਨਾਂ ਚੀਜ਼ਾਂ ਨੂੰ ਉਜਾਗਰ ਕਰੇਗੀ, ਕਿਉਂਕਿ ਕੈਨੇਡਾ ਦੇ ਉੱਪਰ ਵੀ ਇਹ ਬਹੁਤ ਵੱਡਾ ਓਨਸ ਹੈ ਕਿ ਉਹ ਅਗਰ ਇੰਡੀਆ ਦੇ ਉੱਪਰ ਇਲਜ਼ਾਮ ਲਾਉਣੇ ਆ ਤਾਂ ਉਹਨੂੰ ਸਿੱਧ ਕਰਨ। ਇੰਡੀਅਨ ਗਵਰਨਮੈਂਟ ਬਾਰ ਬਾਰ ਇਹੀ ਕਹਿ ਰਹੀ ਹੈ ਕਿ ਅਗਰ ਤੁਸੀਂ ਸਾਡੇ ਪਰ ਇਲਜ਼ਾਮ ਲੈ ਰਹੇ ਹੋ ਪਹਿਲਾਂ ਤੁਸੀਂ ਸਾਨੂੰ ਐਵੀਡੈਂਸ ਦਿਓ, ਐਵੀਡੈਂਸ ਹਜੇ ਤੱਕ ਨਹੀਂ ਦਿੱਤੀ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਬਾਰ ਬਾਰ ਇਹ ਗੱਲ ਜਿਹੜੀ ਹੈਗੀ ਹੈ ਉਹਨਾਂ ਦੇ ਸਪੋਕਸਮੈਨ ਕਹਿ ਰਹੇ ਹੈ। ਹੁਣ ਅਗਰ ਉਹ ਐਸਟੈਬਲਿਸ਼ ਹੋ ਗਿਆ ਤਾਂ ਇੰਡੀਆ ਨੂੰ ਵੀ ਇਨਵੈਸਟੀਗੇਸ਼ਨ ਕਰਨ ਦੇ ਵਿੱਚ ਆਸਾਨੀ ਹੋਏਗੀ, ਜਾਂ ਇੰਡੀਆ ਨੂੰ ਵੀ ਆਪਣੀ ਗੱਲ ਜਿਹੜੀ ਹੈਗੀ ਹੈ ਕਹਿਣ ਦੇ ਵਿੱਚ ਦੁਬਾਰਾ ਆਪਣੇ ਆਪ ਨੂੰ ਕਰੈਕਟ ਕਰਨ ਦੀ ਗੱਲ ਹੋਏਗੀ। ਕੈਨੇਡੀਅਨ ਗਵਰਨਮੈਂਟ ਵੀ ਆਪਣੀ ਗੱਲ ਰੀਟਰੇਟ ਦੁਬਾਰਾ ਕਹੇਗੀ ਕਿ ਦੇਖੋ ਜੀ ਸਾਡੇ ਸਾਹਮਣੇ ਆਹ ਪ੍ਰੂਫ ਹੈ, ਆਹ ਬੰਦੇ ਹੈ, ਇਹਨਾਂ ਦੀਆਂ ਆਹ ਕਨਸੈਸ਼ਨਸ ਹੈ। ਉਹ ਸਾਰੀਆਂ ਚੀਜ਼ਾਂ ਬੜੀ ਜਲਦੀ ਸਾਹਮਣੇ ਆ ਜਾਣਗੀਆਂ, ਲੇਕਿਨ ਇੱਕ ਚੀਜ਼ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਇੰਟਰਨਲ ਇਨਵੋਲਵਮੈਂਟ ਕੈਨੇਡੀਅਨ ਗਵਰਨਮੈਂਟ ਬਾਰ ਬਾਰ ਕਹਿ ਰਹੀ ਹੈ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਇੰਡੀਆ ਵੱਲੋਂ ਹੋ ਰਹੀ ਹੈ, ਉਹ ਐਸਟੈਬਲਿਸ਼ ਹੁੰਦੀ ਜਾ ਰਹੀ ਹੈ। ਖਾਲਿਦ ਸਾਹਿਬ ਮਾਜ਼ਰਤ ਚਾਹੁੰਦੀ ਹਾਂ ਤੁਹਾਨੂੰ, ਇੱਕ ਮਿੰਟ ਦੇ ਲਈ ਰੋਕ ਰਹੀ ਹਾਂ ਮੈਂ, ਕਿਉਂਕਿ ਇਸ ਵਿਚਕਾਰ ਇੱਕ ਹੋਰ ਅਹਿਮ ਖਬਰ ਵੀ, ਇਸੇ ਖਬਰ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਆ ਰਹੀ ਹੈ, ਮੈਂ ਤੁਹਾਡੇ ਵੱਲ ਵਾਪਸ ਆਉਣੀ ਹੈ, ਇੱਕ ਵਾਰੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੀ। ਤਾਂ ਭਾਰਤ ਸਰਕਾਰ ਨੇ ਕੈਨੇਡੀਅਨ ਧਰਤੀ 'ਤੇ ਇੱਕ ਕੈਨੇਡੀਅਨ ਨਾਗਰਿਕ ਦੇ
ਕਤਲ ਦੇ ਲਈ ਇੱਕ ਪੂਜਾ ਸਥਾਨ ਕਾਤਲਾਂ ਨੂੰ ਕਿਰਾਏ ਤੇ ਲੈ ਕੇ ਦਿੱਤਾ, ਅਜਿਹੇ ਇਲਜ਼ਾਮ ਲਗਾ ਰਹੇ ਨੇ ਜਗਮੀਤ ਸਿੰਘ। ਅੱਜ 3 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤੇ ਮੈਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਸੇ ਵੀ ਭਾਰਤੀ ਏਜੰਟ ਜਾਂ ਸਟੇਟ ਐਕਟਰ ਜਿਸਨੇ ਇਸ ਕਤਲ ਦਾ ਆਦੇਸ਼ ਦਿੱਤਾ, ਯੋਜਨਾ ਬਣਾਈ ਜਾਂ ਇਸ ਨੂੰ ਅੰਜਾਮ ਦਿੱਤਾ ਨੂੰ ਬੇਨਕਾਬ ਕੀਤਾ ਜਾਣਾ। MP ਨੇ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਸਿੱਖ MP ਨੇ ਜਿਨ੍ਹਾਂ ਦੇ ਵੱਲੋਂ ਵੱਡੇ ਇਲਜ਼ਾਮ ਨੇ ਜਿਹੜੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਸਾਰੇ ਘਟਨਾਕ੍ਰਮ ਨੂੰ ਇਸ ਪੂਰੀ ਯੋਜਨਾ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਤੇ ਕੈਨੇਡੀਅਨ ਕਾਨੂੰਨ ਦੀ ਪੂਰੀ ਤਾਕਤ ਨਾਲ ਸਾਹਮਣਾ ਜਿਹੜਾ ਕਰਨਾ ਚਾਹੀਦਾ। ਕੈਨੇਡਾ ਜਮਹੂਰੀਅਤ ਅਤੇ ਬੋਲਣ ਦੀ ਆਜ਼ਾਦੀ ਲਈ ਜਾਣਿਆ ਜਾਂਦਾ ਤੇ ਹਰਦੀਪ ਸਿੰਘ ਨਿੱਜਰ ਦੇ ਲਈ ਨਿਆਂ ਹੋਣਾ ਚਾਹੀਦਾ। ਲਗਾਤਾਰ ਜਗਮੀਤ ਸਿੰਘ ਇਸ ਮੁੱਦੇ ਨੂੰ ਚੁੱਕਦੇ ਰਹੇ ਨੇ। MP ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਮੁੱਦੇ ਲਗਾਤਾਰ ਚੁੱਕੇ ਗਏ ਨੇ, ਨਿੱਜਰ ਕਤਲ ਮਾਮਲੇ ਨੂੰ ਲੈ ਕੇ ਜਗਮੀਤ ਸਿੰਘ ਜੋ MP ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਭਾਰਤ ਸਰਕਾਰ ਤੇ ਕਈ ਇਲਜ਼ਾਮ ਲਗਾਏ ਨੇ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਧਰਤੀ ਦੇ ਕੈਨੇਡੀਅਨ ਨਾਗਰਿਕ ਦੇ ਕਤਲ ਲਈ ਕਿਰਾਏ ਤੇ ਜਿਹੜਾ ਕਰ ਲਿਆ। ਤਾਂ ਸਾਡੇ ਨਾਲ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਲਗਾਤਾਰ ਜੁੜੇ ਹੋਏ ਨੇ। ਤਾਂ ਖਾਲਿਦ ਸਾਹਿਬ, ਜਗਮੀਤ ਸਿੰਘ ਜੋ ਮੂਲ ਰੂਪ ਤੋਂ ਭਾਰਤੀ ਨੇ, MP ਨੇ ਕੈਨੇਡਾ ਦੀ ਧਰਤੀ ਤੇ, ਤੇ ਅਕਸਰ ਸਿੱਖਾਂ ਦੇ ਮੁੱਦੇ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਉਠਾਉਂਦੇ ਰਹਿੰਦੇ ਨੇ, ਹੁਣ ਉਹਨਾਂ ਨੇ ਵੱਡਾ ਹਮਲਾ ਜਿਹੜਾ ਉਹ ਕੀਤਾ ਕਿ ਭਾਰਤ ਸਰਕਾਰ ਦੇ ਵੱਲੋਂ ਅਜਿਹਾ ਕੀਤਾ ਗਿਆ, ਕੈਨੇਡਾ ਦੀ ਧਰਤੀ ਤੇ ਜਿਹੜੀ ਥਾਂ ਹੈ ਉਹ ਕਿਰਾਏ ਤੇ ਲੈ ਕੇ ਦਿੱਤੀ ਗਈ ਕਾਤਲਾਂ ਨੂੰ। ਕੀ ਕਹਿਣਾ ਚਾਹੋਗੇ ਜੀ ਤੁਸੀਂ? ਦੇਖੋ, ਏਦਾਂ ਹੈ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕਹੀ ਹੈ ਕਿ ਜਿਸ ਵੇਲੇ, ਵੈਸੇ ਤਾਂ ਅਕਰੋਸ ਦਾ ਬੋਰਡ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਕੈਨੇਡਾ ਦੀਆਂ, ਉਹ ਕੈਨੇਡੀਅਨ ਗਵਰਨਮੈਂਟ ਦੀ ਗੱਲ ਦੇ ਵਿੱਚ ਹਾਂਪੀ ਭਰਦੀਆਂ ਨਜ਼ਰ ਆਈਆਂ ਨੇ ਕਿ ਇੰਡੀਅਨ ਇਨਵੋਲਵਮੈਂਟ ਕਿਤੇ ਨਾ ਕਿਤੇ ਹੈ ਕਤਲ ਦੇ ਵਿੱਚ। ਲੇਕਿਨ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਅੱਗੇ ਵਧੇਗੀ, ਉਸ ਇਨਵੈਸਟੀਗੇਸ਼ਨ ਦੇ ਬਾਅਦ ਹੀ ਸਾਰੇ ਤੱਕ ਸਾਹਮਣੇ ਆਉਣਗੇ ਕਿ ਕਿੱਥੇ ਰਹਿੰਦੇ ਸੀਗੇ, ਕਿਹਨੇ ਕਿਰਾਏ ਤੇ ਲੈ ਕੇ ਦਿੱਤਾ, ਉਹਨਾਂ ਦੀ ਫੰਡਿੰਗ ਕਿੱਥੋਂ ਹੋ ਰਹੀ ਸੀਗੀ, ਉਹ ਪੈਸਾ ਕਿੱਥੋਂ ਆ ਰਿਹਾ ਸੀਗਾ, ਕਿੱਥੇ ਪੜ੍ਹਦੇ ਸੀਗੇ ਅਗਰ ਉਹ ਸਟੂਡੈਂਟ ਵੀਜ਼ਾ ਤੇ ਸੀਗੇ, ਤੇ ਉਹਨਾਂ ਨੇ ਉੱਥੇ ਜਾ ਕੇ ਕੁਛ ਕੀਤਾ ਵੀ ਜਾਂ ਨਹੀਂ ਕੀਤਾ, ਜਾਂ ਵਰਕ ਵੀਜ਼ਾ ਸੀਗੇ, ਜਾਂ PR ਥਾ ਜਾਂ ਨਹੀਂ ਥਾ ਉਹਨਾਂ ਤੋਂ, ਇਹ ਸਾਰੀਆਂ ਚੀਜ਼ਾਂ ਹੁਣ ਸਾਹਮਣੇ ਆ ਜਾਣਗੀਆਂ। ਉਹਦੇ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਔਰ ਇੰਡੀਅਨ ਗਵਰਨਮੈਂਟ ਨੂੰ ਵੀ ਇੱਕ ਤਰ੍ਹਾਂ ਗੱਲ ਕਹਿਣ ਦਾ ਮੌਕਾ ਮਿਲੂਗਾ ਕਿ ਦੇਖੋ ਸਾਡੀ ਇਨਵੋਲਵਮੈਂਟ ਨਹੀਂ ਸੀ, ਉਹਨਾਂ ਨੂੰ ਵੀ ਕਹਿਣ ਦਾ ਮੌਕਾ ਮਿਲੇਗਾ ਕਿ ਵਾਕਈ ਤੁਹਾਡੀ ਇਨਵੋਲਵਮੈਂਟ ਸੀ, ਇਹ ਸਾਡੇ ਕੋਲ ਸਬੂਤ ਹੈਗੇ। ਤਾਂ ਉਹਦੇ ਨਾਲ ਅਗਰ ਇਸ ਤਰ੍ਹਾਂ ਹੁੰਦਾ ਤਾਂ ਦੋਨਾਂ ਕੰਟਰੀਜ਼ ਦੇ ਰਿਲੇਸ਼ਨ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਹੈਗਾ ਫਰਕ ਪਏਗਾ। ਅਗਰ ਇਹ ਐਸਟੈਬਲਿਸ਼ ਹੋ ਜਾਂਦਾ ਕਿ ਇੰਡੀਆ ਨੇ ਜਾਂ ਇੰਡੀਅਨ ਏਜੰਸੀਜ਼ ਨੇ ਉਹਨਾਂ ਨੂੰ ਉੱਥੇ ਇਸ ਕੰਮ ਵਾਸਤੇ ਭੇਜਿਆ, ਅਗਰ ਇਸ ਤਰ੍ਹਾਂ ਹੋ ਜਾਂਦਾ ਤਾਂ ਡੈਫੀਨੇਟਲੀ ਦੋਨਾਂ ਸਰਕਾਰਾਂ ਦੇ ਵਿੱਚ ਜਾਂ ਦੋਨਾਂ ਕੰਟਰੀਜ਼ ਦੇ ਰਿਲੇਸ਼ਨ ਦੇ ਵਿੱਚ ਹੋਰ ਜ਼ਿਆਦਾ ਦਰਾੜ ਆਏਗੀ। ਬਿਲਕੁਲ ਬਿਲਕੁਲ ਖਾਲਿਦ ਸਰ, ਦੋਹਾਂ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਫ੍ਰਿਕਸ਼ਨ ਹੈ ਜਿਹੜੀ ਜ਼ਰੂਰ ਆਏਗੀ ਜੇ ਕੁਝ ਸਾਬਤ ਹੁੰਦਾ। ਲਗਾਤਾਰ ਕੈਨੇਡਾ ਆਪਣੀ ਉਸੇ ਲਾਈਨ ਤੇ ਬਰਕਰਾਰ ਹੈ ਕਿ ਭਾਰਤ ਦੇ ਵੱਲੋਂ ਅਜਿਹਾ ਕਰਾਇਆ ਗਿਆ, ਭਾਰਤ ਵੱਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਜਿਹੜਾ ਨਕਾਰਿਆ ਗਿਆ। ਪਰ ਇੱਕ ਚੀਜ਼ ਹੋਰ ਹੈ, ਹਰਦੀਪ ਸਿੰਘ ਨਿੱਜਰ ਹੋਣ ਜਾਂ ਅਵਤਾਰ ਖੰਡਾ ਹੋਣ ਜਾਂ ਪਰਮਜੀਤ ਸਿੰਘ ਪੰਚਵੜ ਹੋਣ, ਇਹਨਾਂ ਦੇ ਕਤਲ ਇੱਕ ਤੋਂ ਬਾਅਦ ਇੱਕ ਵਾਰ ਹੋਏ, ਰੈਗੂਲਰਲੀ ਹੋਏ। ਤਾਂ ਹੁਣ ਖਬਰਾਂ ਇਹ ਵੀ ਸੀ ਕਿ ਗੁਰਪਤਵੰਤ ਸਿੰਘ ਪੰਨੂ ਜੋ ਸਿੱਖ ਫੋਰ ਜਸਟਿਸ ਦਾ ਮੁਖੀ ਹੈ, ਅਮਰੀਕਾ ਦੇ ਵਿੱਚ ਰਹਿੰਦਾ, ਉਸਦੇ ਕਤਲ ਦੀ ਸਾਜ਼ਿਸ਼ ਵੀ ਰਚੀ ਜਾ ਰਹੀ ਹੈ। ਅਮਰੀਕਾ ਦੀ ਤਰਫੋਂ ਵੀ ਇਹ ਖਬਰ ਹੈ ਜਿਹੜੀ ਸਾਹਮਣੇ ਦਿੱਤੀ ਗਈ ਸੀ। ਇਹਨਾਂ ਸਾਰੀਆਂ ਘਟਨਾਵਾਂ ਨੂੰ ਕੀ ਆਪਾਂ ਇੱਕ ਦੇ ਨਾਲ ਇੱਕ ਲਿੰਕ ਕਰਕੇ ਵੇਖ ਸਕਦੇ ਹਾਂ ਜਾਂ ਕੋ ਇੰਸੀਡੈਂਟਲੀ ਆਪਾਂ ਕਿਹਾ ਜਾ ਸਕਦਾ ਕਿ ਹਾਂ ਇੱਦਾਂ ਹੈ? ਕਿਉਂਕਿ ਭਾਰਤ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਭਾਰਤ ਦੇ ਖਿਲਾਫ ਕੁਝ ਵੀ ਵਿਅਕਤੀ ਜੋ ਕਰਦਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਖੋ, ਅਗਰ ਕਈ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਜਿਵੇਂ ਕੈਨੇਡਾ ਚ ਹੋਇਆ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਹੋਇਆ,
ਤਾਂ ਇੱਕ ਪੈਟਰਨ ਐਸਟੈਬਲਿਸ਼ ਹੁੰਦਾ ਜੀ, ਇਹ ਕੋਇਨਸੀਡੈਂਸ ਨਹੀਂ ਕਹਿ ਸਕਦੇ, ਇਹ ਨਹੀਂ ਕੋਈ ਐਕਸੀਡੈਂਟਲੀ ਇਹੋ ਜਿਹਾ ਕੰਮ ਹੋ ਗਿਆ, ਇਹ ਬਾਈ ਡਿਜ਼ਾਈਨ ਹੁੰਦਾ। ਔਰ ਸਰਕਾਰਾਂ ਜਿਹੜੀਆਂ ਹੈਗੀਆਂ ਕਈ ਤਰ੍ਹਾਂ ਦੇ ਹਰਬੇ ਹਿੱਲੇ ਕਰਦੀਆਂ ਰਹਿੰਦੀਆਂ ਆਪਣੀ ਸੋਵਰੇਨਿਟੀ ਨੂੰ ਬਰਕਰਾਰ ਰੱਖਣ ਵਾਸਤੇ। ਉਹਨੇ ਤਾਂ ਸਾਰੇ ਦੋਨਾਂ ਕੰਟਰੀਜ਼ ਦੇ ਵਿੱਚ ਟੋਟਲ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਉਹ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇੰਡੀਆ ਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ, ਅਗਰ ਹੈ ਤਾਂ ਕਿੱਥੇ ਤੱਕ ਹੈ, ਕਿਆ ਕੋਈ ਬਾਹਰਲੇ ਏਜੰਟਾਂ ਦੇ ਥਰੂ ਕਰਵਾਇਆ ਜਾ ਰਿਹਾ ਸੀਗਾ ਜਾਂ ਇੱਥੇ ਦੀ ਡਾਇਰੈਕਟ ਇਨਵੋਲਵਮੈਂਟ ਸੀਗੀ ਜਾਂ ਸਾਡੀਆਂ ਜਿਹੜੀਆਂ ਖੁਫੀਆ ਗੁਪਤਚਰ ਏਜੰਸੀਜ਼ ਹੈ ਉਹਨਾਂ ਦੀ ਸੀਗੀ। ਇਹ ਸਾਰਾ ਕੁਛ ਵਿਦਆਊਟ ਕਿਸੇ ਬੇਸ ਦੇ ਉੱਪਰ ਕਹਿਣਾ ਬੜਾ ਔਖਾ ਹੁੰਦਾ, ਲੇਕਿਨ ਇਨਵੈਸਟੀਗੇਸ਼ਨ ਡੈਫੀਨੇਟਲੀ ਇੱਕ ਰਿਜ਼ਲਟ ਇੱਕ ਨਤੀਜੇ ਵੱਲ ਜ਼ਰੂਰ ਸਾਨੂੰ ਲਿਜਾ ਰਹੀਆਂ ਹਨ, ਚਾਹੇ ਉਹ ਕੈਨੇਡਾ ਦੀ ਗਵਰਨਮੈਂਟ ਦੇ ਆ ਜਾਂ ਉੱਥੇ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਣ ਚਾਹੇ ਅਮਰੀਕਾ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਣ। ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਗੋਲੀਬਾਰੀ ਹੋਈ ਕੈਨੇਡਾ ਦੀ ਧਰਤੀ ਤੇ ਹੋਈ, ਅਵਤਾਰ ਸਿੰਘ ਖੰਡਾ ਮਾਰਿਆ ਗਿਆ, ਹਾਲਾਂਕਿ ਇਹ ਕਿਹਾ ਗਿਆ ਕਿ ਅਵਤਾਰ ਸਿੰਘ ਖੰਡਾ ਨੂੰ ਕੈਂਸਰ ਸੀ। ਚਲੋ ਦੈਟ ਇਜ਼ ਐਨ ਐਕਸੈਪਸ਼ਨਲ ਕੇਸ, ਉਹ ਵੱਖਰਾ ਕੇਸ ਹੋ ਸਕਦਾ, ਪਰ ਕਈ ਲੋਕ ਹਾਲੇ ਵੀ ਕਹਿੰਦੇ ਨੇ ਕਿ ਨਹੀਂ, ਅਵਤਾਰ ਖੰਡਾ ਦਾ ਵੀ ਕਤਲ ਕਰਵਾਇਆ ਗਿਆ। ਪਰ ਦੂਸਰੇ ਪਾਸੇ ਆਪਾਂ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਰਹੇ ਹਾਂ, ਕੈਨੇਡਾ ਦੀ ਧਰਤੀ ਤੇ ਆ ਕੇ ਤੁਹਾਡੇ ਸਿਟੀਜ਼ਨ ਨੂੰ ਕੋਈ ਕਤਲ ਕਰ ਜਾਂਦਾ ਗੋਲੀਆਂ ਮਾਰ ਕੇ, ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਕੈਨੇਡੀਅਨ ਏਜੰਸੀਜ਼ ਨੇ ਜੋ ਖੁਫੀਆ ਏਜੰਸੀਜ਼ ਨੇ ਉਹ ਪਤਾ ਲਗਾਉਣ ਦੇ ਵਿੱਚ ਨਾਕਾਮਯਾਬ ਰਹੀਆਂ, ਜਾਂ ਉਹਨਾਂ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ? ਇਦਾਂ ਤਾਂ ਹੋ ਨਹੀਂ ਸਕਦਾ ਕਿ ਏਜੰਸੀਜ਼ ਤੱਕ ਇਹ ਗੱਲ ਨਾ ਪਹੁੰਚੀ ਹੋਵੇ। ਦੇਖੋ, ਇਹ ਕੁਛ ਵੀ ਕੀਤਾ ਜਾ ਸਕਦਾ, ਕੁਛ ਵੀ ਕਿਹਾ ਜਾ ਸਕਦਾ ਹੈ, ਉੱਥੇ ਦੀਆਂ ਏਜੰਸੀਜ਼ ਇਨਵੋਲਵ ਹੈ ਜਾਂ ਇੱਥੇ ਦੀਆਂ ਏਜੰਸੀਜ਼ ਇਨਵੋਲਵ ਹੈ, ਇਹ ਸਾਰਾ ਕੁਛ। ਹੁਣ ਜਿਹੜੇ ਤਿੰਨ ਬੰਦੇ ਪਕੜੇ ਗਏ ਉਹ ਡੈਫੀਨੇਟਲੀ ਕਿਸੇ ਆਧਾਰ ਤੇ ਹੀ ਪਕੜੇ ਗਏ, ਉਸ ਤੋਂ ਬਿਨਾਂ ਅਰੈਸਟ ਨਹੀਂ ਹੋ ਸਕਦਾ। ਜਦੋਂ ਅਰੈਸਟ ਹੋ ਗਏ ਆ ਤਾਂ ਉਹਨਾਂ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ, ਜਿਹੜੀ ਕਸਟੋਡੀਅਲ ਇਨਵੈਸਟੀਗੇਸ਼ਨ ਹੋਏਗੀ, ਉਹ ਤੋਂ ਪਤਾ ਲੱਗੇਗਾ ਕਿ ਸੱਚ ਕਿਆ ਹੈ ਜਾਂ ਇਨਵੋਲਵਮੈਂਟ ਕਿਹਦੀ ਕਿਹਦੀ ਹੈ ਜਾਂ ਕਿਵੇਂ ਕਿਵੇਂ ਹੈ। ਲੇਕਿਨ ਮੈਂ ਇਹਦੇ ਵਿੱਚ ਇੱਕ ਹੋਰ ਐਡ ਕਰਾਂਗਾ ਕਿ ਅਗਰ ਇੰਡੀਅਨ ਜਿਹੜੇ ਹੈਗੇ ਆ, ਖਾਸ ਤੌਰ 'ਤੇ ਪੰਜਾਬ ਦੇ ਜਿਹੜੇ ਲੋਕ ਹੈ, ਉੱਥੇ ਜਾ ਕੇ ਇੱਥੇ ਦੇ ਗੈਂਗਸਟਰ ਵਾਰ ਨੂੰ ਉੱਥੇ ਐਕਸਟੈਂਡ ਕਰਦੇ ਹੈ, ਉੱਥੇ ਵੀ ਗੈਂਗਸਟਰ ਵਾਰ ਚੱਲਦੀ ਹੈ, ਤਾਂ ਉਹ ਇਹਦਾ ਮਤਲਬ ਹੈਗਾ ਕਿ ਅੱਗੇ ਨੂੰ ਜਿਹੜੀਆਂ ਇੱਥੇ ਦੀਆਂ ਇਮੀਗ੍ਰੇਸ਼ਨ ਹੈਗੀਆਂ ਇੱਥੋਂ ਹੋ ਰਹੀਆਂ, ਉਹਨਾਂ ਦੇ ਉੱਪਰ ਵੀ ਇਹਦਾ ਫਰਕ ਪਏਗਾ। ਉਹ ਕਹਿੰਦੇ ਵੀ ਇੱਥੇ ਸਾਡੇ ਇਲਾਕੇ, ਸਾਡੇ ਦੇਸ਼ ਦੇ ਵਿੱਚ ਗੁੰਡੇ ਬਦਮਾਸ਼ ਕਿਉਂ ਆਉਣ ਜਿਹੜੇ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਆ। ਤਾਂ ਸਿਰਫ ਕੰਟਰੀਜ਼ ਦੇ ਰਿਲੇਸ਼ਨ ਦੇ ਵਿੱਚ ਫਰਕ ਨਹੀਂ ਪੈਂਦਾ, ਬਲਕਿ ਕਮਿਊਨਿਟੀ ਦੀ ਬਦਨਾਮੀ ਵੀ ਹੁੰਦੀ ਹੈ। ਪੰਜਾਬੀਆਂ ਦੀ ਜਿਵੇਂ ਕਿ ਬਦਨਾਮੀ ਹੋਵੇ ਕਿ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਨੇ ਉੱਥੇ ਗੈਂਗ ਬਣਾਏ ਹੋਏ ਆ, ਉਹ ਗੈਂਗ ਤੁਸੀਂ ਆਪਾਂ ਅਕਸਰ ਪੜ੍ਹਦੇ ਹਾਂ ਇੱਥੇ ਕਿ ਫਲਾਣੇ ਦਾ ਕਤਲ ਹੋ ਗਿਆ ਜਾਂ ਅਟੈਕ ਹੋ ਗਿਆ ਤੇ ਕੈਨੇਡਾ ਤੋਂ ਡਾਇਰੈਕਸ਼ਨ ਆਈ ਸੀ ਕਿਸੇ ਗੈਂਗਸਟਰ ਦੀ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਸਾਡੀ ਕਮਿਊਨਿਟੀ, ਪੰਜਾਬੀ ਕਮਿਊਨਿਟੀ ਇੰਡੀਆ ਦੀ, ਇਸ ਤਰ੍ਹਾਂ ਦੀਆਂ ਚੀਜ਼ਾਂ ਖਾਲਿਦ ਸਾਹਿਬ ਕੈਨੇਡਾ ਦੀ ਧਰਤੀ ਤੇ ਹੋ ਰਹੀਆਂ ਨੇ। ਤਾਂ ਆਪਾਂ ਜਸਟਿਨ ਟਰੂਡੋ ਸਾਹਿਬ ਨੂੰ ਕਈ ਵਾਰ ਸੁਣਿਆ, ਉਹ ਸਿੱਖ ਕਮਿਊਨਿਟੀ ਨੂੰ ਹਮੇਸ਼ਾ ਸਪੋਰਟ ਕਰਦੇ ਨੇ ਔਰ ਉਹਨਾਂ ਦੀ ਬੜੀ ਤਾਰੀਫ ਕਰਦੇ ਨੇ, ਕੋਈ ਉਹਨਾਂ ਦਾ ਫੰਕਸ਼ਨ ਵੀ ਹੁੰਦਾ ਤੇ ਉੱਥੇ ਜਾਂਦਾ। ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਉਹ ਲਗਾਤਾਰ ਹੈ ਜਿਹੜੇ ਸਰਗਰਮ ਵਿਖਾਈ ਦਿੱਤੇ ਨੇ, ਇਸ ਤੇ ਸਖਤ ਕਾਰਵਾਈ ਲਈ ਲਗਾਤਾਰ ਉਹਨਾਂ ਦੇ ਯਤਨ ਨੇ ਜਿਹੜੇ ਹੁੰਦੇ ਰਹੇ ਨੇ। ਤਾਂ ਦੂਜੇ ਪਾਸੇ ਆਪਾਂ ਜੇਕਰ ਜਗਮੀਤ ਸਿੰਘ ਜੋ MP ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਹੁਣ ਤਾਜ਼ਾ ਬਿਆਨ ਆਇਆ, ਉਹ ਕਹਿੰਦੇ ਨੇ ਕਿ ਨਾਗਰਿਕ ਦੇ ਕਤਲ ਦੇ ਲਈ ਕਾਤਲਾਂ ਨੂੰ ਕਿਰਾਏ ਤੇ ਲਿਆ, ਕਾਤਲ ਕਿਰਾਏ ਤੇ ਲੈ ਕੇ ਭਾਰਤ ਸਰਕਾਰ ਦੇ ਵੱਲੋਂ ਭੇਜੇ ਗਏ। ਪਰ ਉਹ ਕਹਿੰਦੇ ਨੇ ਮੈਨੂੰ ਸਪਸ਼ਟ ਕੀਤਾ ਜਾਵੇ ਸਾਨੂੰ ਕਿ ਇਹ ਅਜਿਹਾ ਕਿਸਦੇ ਵੱਲੋਂ ਕੀਤਾ ਗਿਆ, ਕਿ ਲੱਗਦਾ ਕਿ ਇਹ ਚੀਜ਼ਾਂ ਸਪਸ਼ਟ ਹੋ ਕੇ ਕਲੀਅਰਲੀ ਰੂਪ ਦੇ ਵਿੱਚ ਸਾਹਮਣੇ ਆ ਸਕਦੀਆਂ ਨੇ ਕਿ ਕੀ ਨਹੀਂ ਕਰਵਾਇਆ, ਕਿੱਦਾਂ ਕਰਵਾਇਆ। ਕਿਉਂਕਿ ਹਾਲੇ ਤੱਕ ਜਿੰਨੇ ਵੀ ਇਸ ਤਰ੍ਹਾਂ ਦੇ ਮਾਮਲੇ ਨੇ, ਚਾਹੇ ਆਪਾਂ ਪਿਛਲੇ ਸਮੇਂ ਦੇ ਵਿੱਚ ਪਿਛਲ ਝਾਤ ਮਾਰੀਏ, ਤਾਂ ਹਾਲੇ ਤੱਕ ਕੁਛ ਵੀ ਕਲੀਅਰ ਨਹੀਂ ਹੋਇਆ ਕਿਸੇ ਵੀ ਕੇਸ ਦੇ ਵਿੱਚ, ਸਾਲਾਂ ਸਾਲ ਬੀਤ ਗਏ।
ਦੇਖੋ ਮੈਨੂੰ ਲੱਗਦਾ ਕਿ ਹੁਣ ਇਹਨਾਂ ਅਰੈਸਟ ਦੇ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਕਲੀਅਰ ਕਰਨਾ ਪਏਗਾ, ਕਿਉਂਕਿ ਬਾਰ ਬਾਰ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ। ਕੁਛ ਦਿਨ ਪਹਿਲਾਂ ਵੀ ਜਸਟਿਨ ਟਰੂਡੋ ਦੀ ਇੱਕ ਰੈਲੀ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਲੱਗੇ ਤੇ ਇੰਡੀਅਨ ਗਵਰਨਮੈਂਟ ਨੇ ਜਿਹੜਾ ਹੈਗਾ ਉਸਦਾ ਸੰਗਿਆਨ ਲਿੱਤਾ। ਇਸ ਤਰੀਕੇ ਦੇ ਨਾਲ ਜੋ ਜੋ ਵੀ ਚੀਜ਼ਾਂ ਬਾਹਰਲੀ ਧਰਤੀ ਦੇ ਉੱਪਰ ਐਂਟੀ ਇੰਡੀਆ ਹੋ ਰਹੀਆਂ ਜਾਂ ਇਸ ਤਰ੍ਹਾਂ ਦੀਆਂ ਮੂਵਮੈਂਟਸ ਜਿਹੜਾ ਹੈਗਾ ਉਹਨਾਂ ਨੂੰ ਸਮਰਥਨ ਮਿਲ ਰਿਹਾ, ਜਿਹੜਾ ਕਿ ਇੰਡੀਆ ਦੇ ਟੁਕੜੇ ਕਰਨ ਦੀਆਂ ਮੂਵਮੈਂਟਸ ਹੋਣ, ਤਾਂ ਡੈਫੀਨੇਟਲੀ ਉਹਦਾ ਪ੍ਰਭਾਵ ਜਿਹੜਾ ਹੈਗਾ ਦੋਨਾਂ ਕੰਟਰੀਜ਼ ਦੇ ਰਿਲੇਸ਼ਨ ਦੇ ਉੱਪਰ ਪਏਗਾ। ਖਾਸ ਤੌਰ ਪਰ ਜਸਟਿਨ ਟਰੂਡੋ ਦੀ ਡੋਮੈਸਟਿਕ ਪੋਲਿਟਿਕਸ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹ ਉੱਥੇ ਸੱਤਾ ਦੇ ਵਿੱਚ ਵੀ ਹੈਗੇ ਹੈ, ਉਹਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਹਨ ਜਾਂ ਸਿੱਖ ਪੋਲੀਟੀਕਲ ਪਾਰਟੀਜ਼ ਹੈ ਜਾਂ ਸਿੱਖ ਪੋਲੀਟੀਕਲ ਐਕਟਿਵਿਸਟ ਹੈ ਉਹ ਜਸਟਿਨ ਟਰੂਡੋ ਦੇ ਬਹੁਤ ਸਮਰਥਕ ਹੈ, ਸਪੋਰਟਰ ਹੈ, ਔਰ ਉਹਨੂੰ ਕਾਫੀ ਜ਼ਿਆਦਾ ਹੁਬਾਰਾ ਜਿਹੜਾ ਹੈਗਾ ਉਹ ਦਿੰਦੇ ਹੈ ਉੱਥੇ ਦੀ ਪੋਲੀਟਿਕਸ ਦੇ ਵਿੱਚ। ਇਸ ਕਰਕੇ ਜਸਟਿਨ ਟਰੂਡੋ ਦਾ ਜਿਹੜਾ ਹੈਗਾ ਉਹਨਾਂ ਦੀਆਂ ਰੈਲੀਆਂ ਨੂੰ ਸੰਬੋਧਨ ਕਰਨਾ, ਸਮਰਥਨ ਕਰਨਾ ਔਰ ਉਹਨਾਂ ਦੇ ਅਗੇਂਸਟ ਕੋਈ ਕਾਰਵਾਈ ਨਾ ਕਰਨੀ, ਉਹ ਕਲੀਅਰਲੀ ਉੱਥੇ ਦੀ ਡੋਮੈਸਟਿਕ ਪੋਲੀਟਿਕਸ ਦਾ ਪਾਰਟ ਹੈ। ਉਹਦੇ ਪਰ ਕਈ ਕੈਨੇਡੀਅਨ ਜਿਹੜੇ ਹੈਗੇ ਲੋਕਲਸ ਹੈ ਗੋਰੇ ਉਹ ਜਸਟਿਨ ਟਰੂਡੋ ਦੇ ਉੱਪਰ ਇਲਜ਼ਾਮ ਵੀ ਲਾਉਂਦੇ ਹੈ ਇਸ ਚੀਜ਼ ਦਾ ਕਿ ਉਹ ਸੱਤਾ ਦੇ ਵਿੱਚ ਬਣੇ ਰਹਿਣ ਕਰਕੇ ਪੰਜਾਬੀਆਂ ਨੂੰ ਇੰਨਾ ਜ਼ਿਆਦਾ ਉਹ ਸਮਰਥਨ ਦਿੰਦੇ ਆ ਜਾਂ ਉਹਨਾਂ ਤੋਂ ਲੈਂਦੇ ਆ। ਲੇਕਿਨ ਜਿੱਥੇ ਤੱਕ ਇਸ ਮਸਲੇ ਦਾ ਸਵਾਲ ਹੈ ਜਿਹੜਾ ਇਸ ਵੇਲੇ ਆਪਣੇ ਸਾਹਮਣੇ ਹੈ ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ, ਕਿਉਂਕਿ ਦੋਨਾਂ ਸਰਕਾਰਾਂ ਦੇ ਉੱਪਰ ਅੰਤਰਰਾਸ਼ਟਰੀ ਸੰਬੰਧਾਂ ਨੂੰ ਅਗਰ ਆਪਾਂ ਦੇਖੀਏ ਦੋਨਾਂ ਸਰਕਾਰਾਂ ਦੇ ਉੱਪਰ ਇੱਕ ਤਰ੍ਹਾਂ ਪ੍ਰੈਸ਼ਰ ਹੈ ਪ੍ਰੂਵ ਕਰਨ ਦਾ ਜਾਂ ਡਿਸਪਰੂਵ ਕਰਨ ਦਾ ਕਿ ਇਨਵੋਲਵਮੈਂਟ ਇੰਡੀਆ ਦੀ ਹੈ ਜਾਂ ਨਹੀਂ ਹੈ ਇਹਨਾਂ ਕਿਲਿੰਗਸ ਦੇ ਵਿੱਚ। ਅਗਰ ਕੈਨੇਡਾ ਕੋਲ ਪੁਖਤਾ ਸਬੂਤ ਆ ਗਿਆ ਤਾਂ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸਣਗੇ ਦੇਖੋ ਜੀ ਇੰਡੀਆ ਇੱਦਾਂ ਕਰ ਰਿਹਾ, ਅਗਰ ਉਹ ਪ੍ਰੂਵ ਨਹੀਂ ਕਰ ਪਾਏ ਤਾਂ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸੇਗੀ ਕਿ ਦੇਖੋ ਸਾਡੇ ਕੋਲ ਝੂਠੇ ਇਲਜ਼ਾਮ ਲੱਗ ਰਹੇ ਸੀ। ਤਾਂ ਇਸ ਕਰਕੇ ਇਹ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈਗਾ, ਇਸ ਵਿਸ਼ੇ ਦੇ ਉੱਪਰ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਬਾਅਦ ਹੀ ਕੋਈ ਡੈਫੀਨੇਟਲੀ ਗੱਲ ਕਹੀ ਜਾ ਸਕਦੀ ਹੈ। ਪਰ ਕੀ ਇਹ ਜੇ ਚੀਜ਼ਾਂ ਖਾਲਿਦ ਸਾਹਿਬ ਸਿੱਖ ਗੈਟਅਪ ਦੇ ਵਿੱਚ ਵਿਅਕਤੀ ਆਉਂਦੇ ਨੇ, 6 ਜਣੇ ਉਹ ਤਦ ਗੱਲ ਕੀਤੀ ਗਈ ਸੀ ਸਿੱਖ ਗੈਟਅਪ ਦੇ ਵਿੱਚ ਆਉਂਦੇ ਨੇ ਘੇਰ ਕੇ ਹਰਦੀਪ ਸਿੰਘ ਨਿੱਜਰ ਨੂੰ ਘੇਰ ਕੇ 34 ਗੋਲੀਆਂ ਮਾਰੀਆਂ ਜਾਂਦੀਆਂ ਨੇ, ਅਜਿਹੀ ਗੱਲ ਸਾਹਮਣੇ ਆਈ ਸੀ ਤਾਂ ਜੋ ਇਨਵੈਸਟੀਗੇਸ਼ਨ ਹੋਈ ਸੀ 34 ਗੋਲੀਆਂ ਇੱਕ ਅੱਧੇ ਸਕਿੰਟ ਦੇ ਵਿੱਚ ਨਹੀਂ ਚੱਲੀਆਂ ਹੋਣਗੀਆਂ, ਉਹ ਲੋਕ ਕਿੱਥੋਂ ਲੰਘੇ ਕਿਵੇਂ ਆਏ ਉਹਨਾਂ ਦੇ ਕੋਲ ਹਥਿਆਰ ਕਿਵੇਂ ਸੀ, ਨੋ ਡਾਊਟ ਕੈਨੇਡਾ ਬਹੁਤ ਸਖਤ ਹੈ। ਔਰ ਜਸਟਿਨ ਟਰੂਡੋ ਇਹ ਵੀ ਵਾਰ ਵਾਰ ਕਹਿੰਦੇ ਨੇ ਕਿ ਕੈਨੇਡੀਅਨ ਗਵਰਨਮੈਂਟ ਅਲਪ ਸੰਖਿਅਕਾਂ ਦੇ ਨਾਲ ਖੜੀ ਹੈ, ਸਿੱਖ ਉੱਥੇ ਵੱਡੀ ਤਾਦਾਦ ਵਿੱਚ ਨੇ ਔਰ ਵੱਡਾ ਵੋਟ ਬੈਂਕ ਵੀ ਹੈ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ, ਪਰ ਇਹ ਸਭ ਉੱਥੋਂ ਦੀ ਹੀ ਧਰਤੀ ਤੇ ਹੋਇਆ, ਇਹ ਵੀ ਬਹੁਤ ਸਾਰੇ ਸਵਾਲ ਖੜੇ ਕਰਦਾ। ਦੇਖੋ ਇਹ ਹੈ ਕਿ ਜਿਸ ਵੇਲੇ ਤੁਹਾਡੇ ਕੰਟਰੀ ਦੇ ਵਿੱਚ ਮਾਸ ਮਾਈਗ੍ਰੇਸ਼ਨਸ ਹੁੰਦੀਆਂ ਔਰ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹੁੰਦਾ, ਜਿਵੇਂ ਕੈਨੇਡਾ ਦੇ ਵਿੱਚ ਪੰਜਾਬ ਦੇ ਵਿੱਚੋਂ ਖਾਸ ਤੌਰ ਤੇ ਇੰਡੀਆ ਦੇ ਵਿੱਚੋਂ ਕਾਫੀ ਲੋਕ ਜਿਹੜੇ ਹੈਗੇ ਆ ਜਾਂ ਕਿਸੇ ਨਾ ਕਿਸੇ ਵੀਜ਼ੇ ਦੇ ਅੰਡਰ ਜਾ ਰਹੇ ਹੈ, ਕੋਈ ਸਪਾਊਸ ਵੀਜ਼ੇ ਤੇ ਜਾ ਰਿਹਾ, ਕੋਈ ਵਿਜ਼ਿਟਰ ਵੀਜ਼ੇ ਤੇ ਜਾ ਰਿਹਾ, ਕੋਈ ਐਜੂਕੇਸ਼ਨ ਦੇ ਵੀਜ਼ੇ ਤੇ ਜਾ ਰਿਹਾ, ਤੇ ਉਹਨਾਂ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹੈ। ਉਹਨਾਂ ਵਿੱਚੋਂ ਕੋਈ ਵੀ ਐਲੀਮੈਂਟ ਪਿਕ ਕਰਕੇ ਏਜੰਸੀਜ਼ ਜਾਂ ਪਰ ਇੱਕ ਮਾਜ਼ਰਤ ਚਾਹੁੰਦੀ ਹਾਂ, ਇੱਕ ਵਾਰ ਮੈਂ ਤੁਹਾਨੂੰ ਫਿਰ ਟੋਕ ਰਹੀ ਹਾਂ, ਇੱਕ ਮੇਰਾ ਲਾਸਟ ਸਵਾਲ ਹੈ ਤੁਹਾਡੇ ਤੋਂ, ਅਮਰੀਕਾ ਦੀ ਆਪਾਂ ਗੱਲ ਕਰੀਏ ਤਾਂ ਅਮਰੀਕਾ ਨੇ ਇਸ ਮਸਲੇ ਦੇ ਵਿੱਚ ਕੈਨੇਡਾ ਨੂੰ ਸਪੋਰਟ ਕੀਤਾ ਸੀ, ਕੈਨੇਡਾ ਦੀ ਰਿਪੋਰਟ ਨੂੰ ਉਹਨਾਂ ਨੇ ਕਿਹਾ ਸੀ ਕਿ ਸਹੀ ਹੈ,
ਤਦ ਵੀ ਭਾਰਤ ਕੀ ਬੈਕਫੁੱਟ ਤੇ ਨਹੀਂ ਸੀ? ਅਗਰ ਜੇ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਕਿ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਨਾਮ ਖਰਾਬ ਨਹੀਂ ਹੋਏਗਾ, ਬਦਨਾਮੀ ਨਹੀਂ ਹੋਏਗੀ? ਦੇਖੋ ਇਦਾਂ ਕਿ ਇਸ ਵੇਲੇ ਇੱਕ ਵੱਡਾ ਸਵਾਲ, ਇੱਕ ਵੱਡੀ ਚੁਣੌਤੀ ਇੰਡੀਅਨ ਗਵਰਨਮੈਂਟ ਦੇ ਲਈ ਵੀ ਤਾਂ ਹੈ। ਮੈਂ ਤੁਹਾਨੂੰ ਦੱਸਦਾ ਕਿ ਇਸ ਵੇਲੇ ਇੰਡੀਆ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੈਸਟਰਨ ਅਲਾਇੰਸ ਦੇ ਨਾਲ ਮਿਲ ਕੇ ਚੱਲ ਰਿਹਾ, ਖਾਸ ਤੌਰ ਪਰ ਅਮਰੀਕਾ ਦਾ ਸਟ੍ਰੈਟਜਿਕ ਪਾਰਟਨਰ ਹੈ। ਬਿਲਕੁਲ, ਅਗਰ ਉਹਨਾਂ ਕੰਟਰੀਜ਼ ਦੇ ਵਿੱਚ ਹੀ ਇੰਡੀਆ ਦੀ ਇਸ ਤਰ੍ਹਾਂ ਦੀ ਇਨਵੋਲਵਮੈਂਟ ਸਿੱਧ ਹੋ ਜਾਂਦੀ ਹੈ ਤਾਂ ਰਿਲੇਸ਼ਨਸ ਦੇ ਉੱਪਰ ਅਸਰ ਪਏਗਾ, ਔਰ ਖਾਸ ਤੌਰ ਪਰ ਜਿਹੜੇ ਤਿੰਨੇ ਕੰਟਰੀਜ਼ ਇਨਵੋਲਵ ਹੈ ਉਹ ਤਿੰਨੇ ਇੱਕ ਦੂਸਰੇ ਦੇ ਬਹੁਤ ਨੇੜੇ ਹੈ, ਕੈਨੇਡਾ ਵੀ, ਅਮੈਰੀਕਾ ਵੀ, ਆਸਟ੍ਰੇਲੀਆ ਵੀ, ਉਹ ਇੱਕੋ ਫਰੰਟ ਦਾ ਪਾਰਟ ਹੈ, ਵੈਸਟਰਨ ਫਰੰਟ ਦਾ।